गोइंदवाल जेल हत्याकांड मामले पर पंजाब पुलिस की बड़ी कार्रवाई, 7 कर्मचारी निलंबित, 5 आरोपी गिरफ्तार। बीते 26 फरवरी को हुई थी जेल में 2 गैंगस्टरों की हत्या। आईजीपी सुखचैन सिंह गिल ने प्रेस वार्ता कर किया खुलासा। किसी भी जगह टॉयलेट नहीं किया जाएगा, उससे संबंधित एक जिहड़ा आपां नूं पता है कि 26 तरीक नूं एक मर्डर होए सीगे 2 जेल दे विच, जिहदे विच गैंगस्टर्स दी आपस दे विच जिहड़ी लड़ाई होई सीगी, जिहदे विच 2 बैरक्स दे जिहड़े गैंगस्टर सीगे जदों उन्हां नूं बाहर कढ़िया तां उत्थे 2 ग्रुपां दी अलग अलग आपस च लड़ाई होई, जिहदे विच 2 दी डैथ हो गई और इक जिहड़ा सीगा उह सीरियसली इंजर्ड होया। उसे संबंध विच एक वीडियो जिहड़ी आ वायरल हुई सीगी, जिहड़ी कि उसे दिन दी बनी हुई सीगी, जिहड़ी अज अलग अलग जिहड़े आ सोर्सेज दे उत्ते इह वायरल होई हुई है। सो इस संबंध विच पंजाब गवर्नमेंट दीआं बड़ीआं सख्त हदायतां हैं माननीय सीएम साहब दीआं कि किसी भी तरह की कोई कनाइमेंस, कोई नैगलीजेंस ऑफिशियल्स की टॉयलेट नहीं की जाएगी। तो यह जिहड़ा केस सीगा इहदे विच अज फ्रैश FIR जिहड़ी आ दर्ज की गई है, जिहदे विच 66 IT एक्ट, 506 IPC, 149 IPC ਇਹ ਸੈਕਸ਼ਨਸ ਜਿਹੜੇ ਲਗਾਏ ਗਏ ਆ, ਤੇ 7 ਜਿਹੜੇ ਜੇਲ੍ਹ ਦੇ ਅਫੀਸਰਸ ਆ, 7 ਜੇਲ੍ਹ ਅਫੀਸਰਸ ਨੂੰ ਇਹਦੇ ਵਿੱਚ ਮੁਅੱਤਲ ਕੀਤਾ ਗਿਆ ਵਾ, ਜਿਹਦੇ ਵਿੱਚ ਜਿਹਨਾਂ ਦੇ ਮੈਂ ਨਾਮ ਦੱਸਣਾ ਚਾਹੂੰਗਾ, ਜਿਹਦੇ ਵਿੱਚ ਇੱਕ ਇਕਬਾਲ ਸਿੰਘ ਬਰਾੜ ਜਿਹੜੇ ਸੁਪਰਡੈਂਟ ਕੇਂਦਰੀ ਜੇਲ੍ਹ ਆ, ਇਹਨਾਂ ਨੂੰ ਮੁਅੱਤਲ ਕੀਤਾ ਗਿਆ, ਵਿਜੇ ਕੁਮਾਰ ਅਡੀਸ਼ਨਲ ਸੁਪਰਡੈਂਟ ਕੇਂਦਰੀ ਜੇਲ੍ਹ ਸ਼੍ਰੀ ਗੋਇੰਦਵਾਲ ਸਾਹਿਬ, ਜਸਪਾਲ ਸਿੰਘ ਖਹਿਰਾ ਅਡੀਸ਼ਨਲ ਸੁਪਰਡੈਂਟ ਕੇਂਦਰੀ ਜੇਲ੍ਹ ਸ਼੍ਰੀ ਗੋਇੰਦਵਾਲ ਸਾਹਿਬ, 3 ਜਿਹੜੇ ਨੇ ਉਹ ASI ਦੇ ਹੈੱਡ ਕਾਂਸਟੇਬਲ ਨੇ, ਇੱਕ ASI ਹਰਚੰਦ ਸਿੰਘ, ASI ਜੁਗਿੰਦਰ ਸਿੰਘ, ਹੈੱਡ ਕਾਂਸਟੇਬਲ ਸਵਿੰਦਰ ਸਿੰਘ, ਇਹਨਾਂ ਦੇ ਨਾਲ ਹੀ ਹਰੀਸ਼ ਕੁਮਾਰ ਜਿਹੜੇ ਕਿ ਸਹਾਇਕ ਸੁਪਰਡੈਂਟ ਅਤੇ ਉਸ ਅਹਾਤੇ ਦੇ ਇੰਚਾਰਜ ਸੀ, ਉਹਨਾਂ ਨੂੰ ਵੀ ਮੁਅੱਤਲ ਕੀਤਾ ਗਿਆ। ਮੁਅੱਤਲੀ ਦੇ ਨਾਲ ਨਾਲ ਬਹੁਤ ਸਖ਼ਤ ਇਹਨਾਂ ਦੇ ਖਿਲਾਫ਼ ਕਾਰਵਾਈ ਕੀਤੀ ਗਈ ਹੈ ਕਿ ਜਿਹੜੀ FIR ਦਰਜ ਕੀਤੀ ਗਈ ਹੈ, ਜਿਹੜੀ ਉਹ ਗੈਂਗਸਟਰਸ ਦੇ ਖਿਲਾਫ਼ ਜਿਹਦੇ ਵਿੱਚ ਵੀਡੀਓ ਵਾਇਰਲ ਹੋਈ ਆ, ਉਹਦੇ 'ਚ ਵੀ ਇਹਨਾਂ ਨੂੰ ਨੋਮੀਨੇਟ ਕੀਤਾ ਗਿਆ ਜੇਲ੍ਹ ਦੇ ਅਫੀਸ਼ਲਸ ਨੂੰ। 5 ਜਿਹੜੇ ਜੇਲ੍ਹ ਅਫੀਸ਼ਲਸ ਆ ਹੁਣ ਤੱਕ ਗ੍ਰਿਫਤਾਰ ਹੋ ਚੁੱਕੇ ਆ, ਜਿਹਦੇ ਵਿੱਚ ਇਕਬਾਲ ਸਿੰਘ ਬਰਾੜ ਸੁਪਰਡੈਂਟ ਸ਼੍ਰੀ ਗੋਇੰਦਵਾਲ ਸਾਹਿਬ ਜੇਲ੍ਹ ਦੇ, ਵਿਜੇ ਕੁਮਾਰ ਅਡੀਸ਼ਨਲ ਸੁਪਰਡੈਂਟ ਸ਼੍ਰੀ ਗੋਇੰਦਵਾਲ ਸਾਹਿਬ ਜੇਲ੍ਹ, ਹਰੀਸ਼ ਕੁਮਾਰ ਅਸਿਸਟੈਂਟ ਸੁਪਰਡੈਂਟ ਸ਼੍ਰੀ ਗੋਇੰਦਵਾਲ ਸਾਹਿਬ ਜੇਲ੍ਹ, ਅਤੇ ASI ਜੁਗਿੰਦਰ ਸਿੰਘ ਅਤੇ ASI ਹਰਚੰਦ ਸਿੰਘ, ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਹਰੀਸ਼ ਕੁਮਾਰ ਜਿਹੜੇ ਅਸਿਸਟੈਂਟ ਸੁਪਰਡੈਂਟ ਗੋਇੰਦਵਾਲ ਸਾਹਿਬ ਜੇਲ੍ਹ ਆ, ਇਹ ਉਸ ਵਾਰਡ ਦੇ ਉਸ ਏਰੀਏ ਦੇ ਇੰਚਾਰਜ ਸੀ, ਅਤੇ ਜਿਹੜੇ 2 ASI ਨੂੰ ਅਰੈਸਟ ਕੀਤਾ ਗਿਆ ਹੈ, ਇਹ 2 ASI ਜਿਹੜੇ ਮੌਕੇ 'ਤੇ ਆਪਾਂ ਵੀਡੀਓ ਦੇਖਦੇ ਹਾਂ ਜਿਨ੍ਹਾਂ ਨੇ ਪ੍ਰੋਪਰ ਐਕਸ਼ਨ ਨਹੀਂ ਲਿਆ, ਇਹ ਉਹ 2 ASI ਆ। ਸੋ ਇਹ ਫੀਚਰਸ ਜਿਹੜੇ ਆ ਇਹਨਾਂ ਦਾ ਮੇਨ ਹੈਗਾ ਹੈ ਕਿ ਇਹਨਾਂ ਦੀ ਇੱਕ ਤਾਂ ਨੈਗਲੀਜੈਂਸ ਕਿ ਮੋਬਾਈਲ ਜੇਲ੍ਹ ਦੇ ਅੰਦਰ ਕਿੱਦਾਂ ਗਿਆ, ਮੋਬਾਈਲ ਯੂਜ਼ ਕਿੱਦਾਂ ਹੋਇਆ, ਕਿਉਂਕਿ ਇਹ ਜਿਹੜਾ ਏਰੀਆ ਵਾ ਇੱਥੇ 3 ਹਾਈ ਸਿਕਿਉਰਿਟੀ ਜ਼ੋਨਸ ਬਣੀਆਂ ਹੋਈਆਂ, ਜ਼ੋਨ 1, 2 ਤੇ 3। ਜਿਹੜਾ ਇੰਸੀਡੈਂਟ ਹੋਇਆ ਸੀਗਾ ਉਹਦੇ ਵਿੱਚ ਜ਼ੋਨ 1 ਅਤੇ ਜ਼ੋਨ 2 ਦੇ ਵਿੱਚ ਜਿਹੜੇ ਗੈਂਗਸਟਰ ਸੀਗੇ, ਜਦੋਂ ਉਹਨਾਂ ਨੂੰ ਖੋਲ੍ਹਿਆ ਗਿਆ, ਜ਼ੋਨ 1 ਦੇ ਜਿਹੜੇ ਸੀਗੇ ਉਹਨਾਂ ਨੇ ਅਟੈਕ ਕੀਤਾ ਜ਼ੋਨ 2 'ਤੇ, ਪਰ ਜ਼ੋਨ 2 ਦੇ ਵਿੱਚ ਕਿਉਂਕਿ ਜ਼ਿਆਦਾ ਉਹਨਾਂ ਦੀ ਜਿਹੜੀ ਆ ਮਾਤਰਾ ਜ਼ਿਆਦਾ ਸੀਗੀ, ਓਵਰ ਪਾਵਰ ਕਰ ਲਿਆ, ਜਿਹਦੇ ਵਿੱਚ 2 ਦੀ ਡੈਥ ਹੋ ਗਈ ਔਰ 1 ਇੰਜਰਡ ਹੋ ਗਿਆ। ਸੋ ਇਹ ਜੇਲ੍ਹ ਅਫੀਸ਼ਲਸ ਅਤੇ ਗੈਂਗਸਟਰਸ, ਇਹਨਾਂ ਨੂੰ ਜੇਲ੍ਹ ਅਫੀਸ਼ਲਸ ਨੂੰ ਮੇਨਲੀ ਨੈਗਲੀਜੈਂਸ ਅਤੇ ਕਰਾਈਮਸ ਵਾਸਤੇ ਮੁਅੱਤਲ ਕੀਤਾ ਗਿਆ ਵਾ, ਅਰੈਸਟ ਕੀਤਾ ਗਿਆ ਵਾ, ਔਰ ਇੱਕ ਤਰ੍ਹਾਂ ਦਾ ਇਹ ਸੰਕੇਤ ਆ ਕਿ ਕਿਸੇ ਵੀ ਜੇਲ੍ਹ ਦੇ ਵਿੱਚ, ਪੰਜਾਬ ਦੀ ਕਿਸੇ ਜੇਲ੍ਹ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਵੀ ਨੈਗਲੀਜੈਂਸ ਜਿਹੜੀ ਹੈ ਬਿਲਕੁਲ ਟੋਲਰੇਟ ਨਹੀਂ ਕੀਤੀ ਜਾਊਗੀ। ਜਿੱਥੇ ਵੀ ਇੱਦਾਂ ਦੀ ਨੈਗਲੀਜੈਂਸ ਪਾਈ ਜਾਊਗੀ, ਇਸੇ ਤਰ੍ਹਾਂ ਹੀ ਸਖ਼ਤ ਐਕਸ਼ਨ ਜਿਹੜਾ ਹੈ ਉਹ ਲਿਆ ਜਾਏਗਾ, ਔਰ ਇਹਦੇ ਵਿੱਚ ਵੀ ਸਖ਼ਤ ਤੋਂ ਸਖ਼ਤ ਐਕਸ਼ਨ ਜਿਹੜਾ ਵਾ ਉਹ ਪੰਜਾਬ ਸਰਕਾਰ ਵੱਲੋਂ ਔਰ ਮਾਨਯੋਗ ਮੁੱਖ ਮੰਤਰੀ ਸਾਹਿਬ ਦੀਆਂ ਹਦਾਇਤਾਂ ਦੇ ਉੱਤੇ ਸਖ਼ਤ ਐਕਸ਼ਨ ਲਿਆ ਗਿਆ। ਇਸ ਇੱਕ ਇੰਸੀਡੈਂਟ ਹੁਆ ਥਾ ਗੋਇੰਦਵਾਲ, ਸ਼੍ਰੀ ਗੋਇੰਦਵਾਲ ਸਾਹਿਬ ਜੇਲ੍ਹ ਮੇਂ, ਜੋ ਕਿ 26 ਜਨਵਰੀ ਕੋ ਹੁਆ ਥਾ, ਜਿਸਮੇਂ 2 ਗੈਂਗਸਟਰਸ ਕੇ ਜੋ ਗਰੁੱਪਸ ਥੇ, ਜੋ ਜ਼ੋਨ ਹਾਈ ਸਿਕਿਉਰਿਟੀ ਜ਼ੋਨ ਮੇਂ ਬੰਦ ਥੇ, ਜ਼ੋਨ 1 ਔਰ ਜ਼ੋਨ 2 ਮੇਂ, ਉਨਕੋ ਜਬ ਖੋਲਾ ਗਿਆ, ਜਬ ਕੁਛ ਟਾਈਮ ਕੇ ਲੀਏ 3 ਵਜੇ ਕੇ ਆਸ ਪਾਸ, ਤੋ ਆਪਸ ਮੇਂ ਇਨਕੀ ਬਹੁਤ ਬੁਰੀ ਤਰ੍ਹਾਂ ਸੇ ਲੜਾਈ ਹੋਈ, ਜਿਸਮੇਂ 2 ਗੈਂਗਸਟਰਸ ਕੀ ਡੈਥ ਹੋਈ, 1 ਗੈਂਗਸਟਰ ਜੋ ਥਾ ਵੋ ਸੀਰੀਅਸਲੀ ਇੰਜਰ ਹੁਆ। ਇਸ ਮਸਲੇ ਪੇ ਆਜ ਇੱਕ ਵੀਡੀਓ ਵਾਇਰਲ ਹੋਈ ਥੀ, ਜਿਸਮੇਂ ਕੁਛ ਜੋ ਗੈਂਗਸਟਰ ਥੇ ਵੋ ਦਿਖਾਈ ਦੀਏ, ਜਿਨ੍ਹਾਂ ਨੇ ਡਬਲ ਮਰਡਰਸ ਕੇ ਬਾਰੇ ਮੇਂ ਬਾਤਚੀਤ ਕੀ, ਰਿਸਪੋਂਸਿਬਿਲਿਟੀ ਲੀ ਸੀ। ਇਸਮੇਂ ਪੰਜਾਬ ਗਵਰਨਮੈਂਟ ਨੇ ਸੀਐਮ ਸਾਹਿਬ, ਜੋ ਪੰਜਾਬ ਕੇ ਸੀਐਮ ਸਾਹਿਬ ਨੇ ਬਹੁਤ ਇਸਕੋ ਸਟ੍ਰਿਕਟਲੀ ਲਿਆ, ਸਖ਼ਤ ਉਨਕੀ ਹਦਾਇਤਾਂ ਥੀ ਕਿ ਇਸਮੇਂ ਕੜੀ ਸੇ ਕੜੀ ਜੋ ਸਖ਼ਤ ਸੇ ਸਖ਼ਤ ਕਾਰਵਾਈ ਵੋ ਕੀ ਜਾਏ। ਇਸ ਕੇਸ ਮੇਂ ਅਭੀ ਤੱਕ 7 ਜੇਲ੍ਹ ਅਫੀਸਰ ਜੋ ਹੈ ਉਨਕੋ ਸਸਪੈਂਡ ਕੀਆ ਗਿਆ ਹੈ, ਜਿਸਮੇਂ ਇਕਬਾਲ ਸਿੰਘ ਬਰਾੜ ਜੋ ਸੁਪਰਡੈਂਟ ਸ਼੍ਰੀ ਗੋਇੰਦਵਾਲ ਸਾਹਿਬ ਜੇਲ੍ਹ ਹੈ, ਸ਼੍ਰੀ ਵਿਜੇ ਕੁਮਾਰ ਅਡੀਸ਼ਨਲ ਸੁਪਰਡੈਂਟ ਕੇਂਦਰੀ ਜੇਲ੍ਹ ਸ਼੍ਰੀ ਗੋਇੰਦਵਾਲ ਸਾਹਿਬ,
जसपाल सिंह खैरा, एडिशनल सुपरिटेंडेंट केंद्रीय जेल श्री गोविंदवाल साहब, एएसआई हरचंद सिंह, एएसआई जोगिंदर सिंह, हेड कांस्टेबल सुरेंद्र सिंह, और जो इस एरिया के इंचार्ज थे जो हरीश कुमार, सहायक सुपरिटेंडेंट सेंट्रल जेल, इन सात लोगों को सस्पेंड किया गया है। एक एफआईआर इसमें रजिस्टर की गई है, जिस एफआईआर पे 66 आईटी एक्ट 149 आईपीसी 506 आईपीसी, जिसमें जो गैंगस्टर्स दिखाई दे रहे हैं उनके खिलाफ एफआईआर दर्ज की गई है, और जो जेल ऑफिशियल्स हैं इनके खिलाफ भी एफआईआर दर्ज की गई है। इस केस में अब तक 5 जेल ऑफिशियल जो है उनको अरेस्ट किया गया है, जिसमें इकबाल सिंह बराड़ जो सुपरिटेंडेंट सेंट्रल जेल है, जो विजय कुमार जो के एडिशनल सुपरिटेंडेंट हैं, हरीश कुमार जो असिस्टेंट सुपरिटेंडेंट हैं, और एएसए जोगिंदर सिंह और एएसए हरचंद सिंह, जिनकी वहां पे ड्यूटी थी उस टाइम। तो 5 ऑफिशियल्स को अरेस्ट किया गया है, 7 ऑफिशियल्स को इसमें सस्पेंड किया गया है। इसके अलावा जो गैंगस्टर्स दिखाई दे रहे हैं उनके खिलाफ भी एफआईआर दर्ज की गई है, और उनको जल्दी ही पोटेंशियल वारंट पे लेके आया जाएगा। अंदेशा सीगा के फर्दर बयान की कोई स्कफल आपस के बीच हो सकती है, क्योंकि कुछ डिफरेंसिस इन्हां दे विच सीगे, उहदे मद्देनजर इन्हां नूं ਜਿਹੜੀਆਂ ਅਲੱਗ ਅਲੱਗ ਜੇਲ੍ਹ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ, ਇਹਨਾਂ ਨੂੰ ਅਲੱਗ ਕਰ ਦਿੱਤਾ ਗਿਆ ਉੱਥੋਂ, ਅਲੱਗ ਅਲੱਗ ਕਿਸੇ ਨੂੰ ਪਟਿਆਲਾ, ਹੁਸ਼ਿਆਰਪੁਰ ਔਰ ਬਠਿੰਡਾ ਵਗੈਰਾ, ਇਹਨਾਂ ਜੇਲ੍ਹ ਦੇ ਵਿੱਚ ਇਹਨਾਂ ਨੂੰ ਸ਼ਿਫਟ। ਤਾਂ ਸ਼ਾਇਦ ਇਹ ਕਿਉਂਕਿ ਇੱਕੋ ਹੀ ਕੇਸ ਦੇ ਵਿੱਚ ਸਾਰੇ ਇਨਵੋਲਵ ਸੀਗੇ, ਜਿਹੜਾ ਇੱਕ ਸੈਂਸੇਸ਼ਨਲ ਮਰਡਰ ਕੇਸ ਸੀਗਾ ਉਸ ਕੇਸ ਦੇ ਵਿੱਚ ਇਨਵੋਲਵ ਸੀਗੇ। ਸੋ ਹੁਣ ਤੱਕ ਤਾਂ ਇਹ ਆਪਸ ਦੇ ਵਿੱਚ ਇਹਨਾਂ ਦੀ ਕੋਲੈਬੋਰੇਸ਼ਨ ਸੀਗੀ, ਆਪਸ 'ਚ ਕੰਪਲੀਸੀ ਸੀਗੇ ਇੱਕ ਦੂਜੇ ਦੇ। ਸੋ ਇਸ ਤਰ੍ਹਾਂ ਦੇ ਇਨਪੁੱਟਸ ਬਹੁਤ ਜ਼ਿਆਦਾ, ਮਤਲਬ ਉਹਦੇ ਵਿੱਚ ਕੋਈ ਸਰਟਨ ਇਨਪੁੱਟਸ ਇਹੋ ਜਿਹੇ ਨਹੀਂ ਸੀਗੇ, ਪਰ ਜਦੋਂ ਇਹ ਹੁਣ ਲੜਾਈ ਹੋਈ ਹੈ ਜਿਹੜੀ ਇਹ ਗੈਂਗ ਵਾਰ ਹੋਈ ਹੈ ਜੇਲ੍ਹ ਦੇ ਅੰਦਰ, ਉੱਥੋਂ ਇਹ ਜ਼ਿਆਦਾ ਪਤਾ ਲੱਗਿਆ। ਸੋ ਉਸ ਤੋਂ ਬਾਅਦ ਹੀ ਇਹ ਫਰਦਰ ਐਂਟੀਸਪੇਟ ਕੀਤਾ ਗਿਆ ਕਿ ਅੱਗੇ ਤੋਂ ਵੀ ਇੱਦਾਂ ਦੀ ਕੋਈ ਖਦਸ਼ਾ ਹੈਗਾ ਹੈ, ਉਹਦੇ ਮੱਦੇਨਜ਼ਰ ਇਹਨਾਂ ਨੂੰ ਸ਼ਿਫਟ ਕੀਤਾ ਗਿਆ। ਇਸ ਤੋਂ ਪਹਿਲਾਂ ਤਾਂ ਇਹ ਸਾਰੇ ਇੱਕੋ ਹੀ ਕੇਸ ਦੇ ਵਿੱਚ ਇਨਵੋਲਵ ਸੀਗੇ, ਔਰ ਉਸ ਕੇਸ ਦੇ ਵਿੱਚ ਹਰ ਇੱਕ ਦਾ ਰੋਲ ਆ, ਅਲੱਗ ਅਲੱਗ ਰੋਲ ਆ ਉਸ ਕੇਸ ਦੇ ਵਿੱਚ। ਜਿਹੜੇ 2 ਮਰੇ ਆ ਉਹਨਾਂ ਦਾ ਵੀ ਰੋਲ ਆ, ਜਿਹੜੇ 7 ਜਿਹੜੇ ਨੋਮੀਨੇਟ ਹੋਏ ਐਫ ਆਈ ਆਰ ਦੇ ਵਿੱਚ 302 ਦੇ ਵਿੱਚ, ਸਾਰੇ ਇੱਕੋ ਕੇਸ ਦੇ ਵਿੱਚ ਕਰਾਈਆਂ ਸਾ, ਕਿਸੇ ਨੇ ਲੌਜਿਸਟਿਕ ਪ੍ਰੋਵਾਈਡ ਕੀਤੇ ਆ, ਕਾਫੀ ਸਾਰੇ ਇਹਦੇ ਵਿੱਚ ਉਸ ਕੇਸ ਦੇ ਵਿੱਚ ਸ਼ੂਟਰ ਵੀ ਆ। ਸੋ ਉਸ ਤੋਂ ਬਾਅਦ ਜਦੋਂ ਇਹ ਲੜਾਈ ਹੋਈ ਜੇਲ੍ਹ ਦੇ ਵਿੱਚ, ਉਸ ਤੋਂ ਬਾਅਦ ਹੀ ਜ਼ਿਆਦਾ ਇਹ ਚੀਜ਼ ਸਾਹਮਣੇ ਆਈ ਕਿ ਇਹਨਾਂ ਦੇ ਆਪਸ ਦੇ ਵਿੱਚ ਕਈ ਗੱਲਾਂ ਨੂੰ ਲੈ ਕੇ ਡਿਫਰੈਂਸ ਨੇ। ਸਭ ਤੋਂ ਵੱਡਾ ਸਵਾਲ ਹੈਗਾ ਕਿ ਮੋਬਾਈਲ ਦੇ ਵਿਚਕਾਰ ਉਹ ਵੀਡੀਓ ਬਣਾਉਂਦੇ, ਜਸ਼ਨ ਮਨਾਉਂਦੇ ਨੇ, ਹਾਈ ਟੈਕ, ਮਤਲਬ ਜੇਲ੍ਹ ਦੇ ਵਿਚਕਾਰ ਹੀ ਫੋਨ ਕਿਉਂ? ਇਹ ਰੀਜ਼ਨ ਹੈ, ਤਦੇ ਤਾਂ ਇੰਨਾ ਸਖਤ ਐਕਸ਼ਨ ਲਿਆ ਗਿਆ ਕਿ 7 ਜਿਹੜੇ ਕਰਮਚਾਰੀ ਆ ਉਹਨਾਂ ਨੂੰ ਮੁਅੱਤਲ ਕੀਤਾ ਗਿਆ ਹੈ, ਉਹਨਾਂ ਨੂੰ ਐਫ ਆਈ ਆਰ ਦੇ ਵਿੱਚ ਨੋਮੀਨੇਟ ਕੀਤਾ ਗਿਆ ਹੈ। ਸੋ ਸਭ ਤੋਂ ਸਖਤ ਐਕਸ਼ਨ ਜੇ ਕਿਸੇ ਕੇਸ ਦੇ ਵਿੱਚ ਹੋ ਸਕਦਾ ਹੈ, ਮੁਅੱਤਲੀ ਕਰਕੇ ਕੇਸ ਦੇ ਵਿੱਚ ਕਨਾਈਨੈਂਸ ਐਂਡ ਨੈਗਲੀਜੈਂਸ ਦਾ ਉਹਨਾਂ ਨੂੰ ਅਸਟੈਬਲਿਸ਼ ਕਰਕੇ ਅਰੈਸਟ ਕਰਨਾ। ਸੋ ਇਹ ਇੱਕ ਤਰ੍ਹਾਂ ਦਾ ਲੈਸਨ ਆ ਫਿਊਚਰ ਵਾਸਤੇ ਵੀ, ਕਿ ਕਿਤੇ ਵੀ ਜੇ ਇੱਦਾਂ ਦਾ ਇੰਸੀਡੈਂਟ ਹੋਏਗਾ ਇਹਨੂੰ ਟੋਲਰੇਬਲ ਇੰਸੀਡੈਂਟ ਆ। ਅੱਜ ਸਵੇਰ ਤੋਂ ਹੀ ਸੀ ਐਮ ਸਾਹਿਬ ਖੁਦ ਇਹਨੂੰ ਮੋਨੀਟਰ ਕਰ ਰਹੇ ਸੀਗੇ, ਉਹਨਾਂ ਦੀਆਂ ਹਦਾਇਤਾਂ ਤੇ, ਕਿ ਇਹ ਜਿਹਾ ਕੋਈ ਵੀ ਕੇਸ ਸਟੇਟ ਦੇ ਵਿੱਚ ਕਿਤੇ ਵੀ ਚਾਹੇ ਕਿਤੇ ਵੀ ਹੋਵੇ, ਇਹ ਜਿਹਾ ਕੇਸ ਟਾਰਗੇਟ ਬਿਲਕੁਲ ਨਹੀਂ ਕੀਤਾ ਜਾਂਦਾ। ਸਰ ਪਤਾ ਲੱਗਿਆ ਇਹਦਾ ਮੋਬਾਈਲ ਕਿੱਥੋਂ ਆਇਆ ਤੇ ਉਹਦੇ ਵਿੱਚ ਸਿਮ ਵਗੈਰਾ ਜਿਹੜਾ ਨੈਟ ਚੱਲਦਾ ਸੀ? ਉਹ ਮੌਕੇ ਤੇ ਕੁਝ ਮੋਬਾਈਲ ਜਿਹੜੇ ਤੇ ਮਿਲੇ ਸੀਗੇ, ਕਿਉਂਕਿ ਇਹ ਵੀਡੀਓ ਉਸੇ ਟਾਈਮ ਦੀ ਬਣੀ ਹੈ ਜਦੋਂ ਇੰਸੀਡੈਂਟ ਹੋਇਆ, ਤੁਰੰਤ ਇਹ ਵੀਡੀਓ ਬਣੀ ਆ। ਉਸ ਤੋਂ ਬਾਅਦ ਉਹਨਾਂ ਨੇ ਉਹ ਵੀਡੀਓ ਕਿਸ ਤਰੀਕੇ ਦੇ ਨਾਲ ਅੱਗੇ ਫਰਦਰ ਗਈ, ਔਰ ਜਿਹੜੀ ਹੁਣ ਜਦੋਂ ਇਹਨਾਂ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਜਾਏਗਾ, ਉਹਦੇ ਵਿੱਚ ਕਿਹੜੇ ਮੋਬਾਈਲ ਯੂਜ਼ ਹੋਇਆ ਸੀਗਾ, ਜਾਂ ਕੁਛ ਮੋਬਾਈਲ ਆਲਰੇਡੀ ਕਸਟਡੀ ਦੇ ਵਿੱਚ ਲੈ ਲਏ ਗਏ ਸੀਗੇ ਤੁਰੰਤ, ਪਰ ਕਿਉਂਕਿ ਵੀਡੀਓ ਜਿਹੜੀ ਆ ਲਾਈਵ ਬਣਾ ਕੇ ਉਸੇ ਵੇਲੇ ਸਰਕੂਲੇਟ ਕਰ ਦਿੱਤੀ ਗਈ ਸੀ। ਸਰ ਜੇਲ੍ਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਨਵੈਸਟੀਗੇਸ਼ਨ ਦੇ ਵਿੱਚ ਆ ਜਾਣਗੀਆਂ ਫਿਊਚਰ। ਸਰ ਜੇਲ੍ਹ 'ਚ ਜੈਮਰਸ ਨਹੀਂ ਥੇ ਕਿਆ, ਔਰ ਜੇ ਇੱਕ ਸਕੀਮ ਵੀ ਥੀ ਜੈਮਰਸ ਲਗਾਉਣੇ ਕੀ, ਕਿਆ ਨਹੀਂ? ਉਹ ਇੱਕ ਅਲੱਗ ਇਸ਼ੂ ਹੈ, ਜੈਮਰਸ ਕਈ ਵਾਰ ਇਤਨੇ ਸਕਸੈਸਫੁਲ ਨਹੀਂ ਹੋ ਪਾ ਰਹੇ। ਸੋ ਉਹ ਇੱਕ ਸਟੱਡੀ ਚੱਲ ਰਹੀ ਹੈ, ਕਈ ਜਗ੍ਹਾ ਤੇ ਹਮਨੇ ਵੀ ਹੈ ਟ੍ਰਾਈ ਕੇ ਵੀ ਜੈਮਰਸ ਲਗਾਏ ਹੈ, ਲੇਕਿਨ ਉਹ ਕਿਉਂਕਿ ਟੈਕਨੋਲੋਜੀ ਚੇਂਜ ਹੋਤੀ ਰਹਤੀ ਓਵਰ ਪੀਰੀਅਡ ਆਫ ਟਾਈਮ, 3G ਸੇ 4G ਹੋ ਗਈ, ਅਬ 4G ਸੇ 5G ਹੋ ਗਈ, ਤੋ ਟੈਕਨੋਲੋਜੀ ਕੀ ਵਜ੍ਹਾ ਸੇ ਕਈ ਵਾਰ ਜੈਮਰਸ ਇਤਨੇ ਸਕਸੈਸਫੁਲ ਨਹੀਂ ਹੋ ਪਾ।